ਪਾਰਟੀ ਬਾਜੀ ਮਾਰ ਸਕਦੀ ਆ ਚਰਨਜੀਤ ਚੰਨੀ ਕਾਂਗਰਸ ਤੋਂ ਅਤੇ ਬੀਜੇਪੀ ਤੋਂ ਸੁਸ਼ੀਲ ਕੁਮਾਰ ਸਿੰਘ ਤੋਂ? ਬੀਜੇਪੀ ਰਿੰਕੂ ਨੂੰ ਤਾਂ ਆਪਾਂ ਜਾਣਦੇ ਨੇ, ਚਰਨਜੀਤ ਚੰਨੀ ਨੂੰ ਜਾਣਦੇ। ਸਰ ਇਲੈਕਸ਼ਨ ਆ ਰਹੇ ਹੋ ਦੁਬਾਰਾ, ਕਿਸ ਕੀ ਸਰਕਾਰ ਬਣ ਸਕਦੀ ਹੈ, ਨਰਿੰਦਰ ਭਾਈ ਮੋਦੀ ਜਾਂ ਰਾਹੁਲ ਗਾਂਧੀ? ਰਾਹੁਲ ਗਾਂਧੀ। ਰਾਹੁਲ ਗਾਂਧੀ ਬੀਜੇਪੀ ਕਾ ਜਾ ਵੀ ਹੈ ਸਰਕਾਰ, ਬੋਲਤੇ ਕੁਛ ਕਰਤੇ ਹੈ ਕੁਛ। ਅਭੀ ਬੀਜੇਪੀ ਬੋਲ ਰਹੀ ਹੈ ਕਿ 400 ਪਾਰ ਬੋਲਣੇ ਕੇ ਲਈ, ਤੋ ਉਹ ਜੋ ਉਸਕੇ ਸਾਥ ਜੋ ਹੈ ਨਿਤੀਸ਼, ਉਹ ਬੋਲਾ 4000 ਹੀ ਕਰ ਦਿਆ, ਬੋਲਣੇ ਕੇ ਲਈ ਕੁਛ ਵੀ ਬੋਲ ਸਕਤੇ ਹੈ। ਸਰ ਸਰਕਾਰ ਤਾਂ ਕਾਂਗਰਸ ਦੀ ਬਣਨੀ ਚਾਹੀਦੀ ਸੈਂਟਰ 'ਚ, ਤਾਂ ਇੱਥੇ ਬਣੇ ਤਾਂ ਅਕਾਲੀਆਂ ਦੀ ਬਣਨੀ ਚਾਹੀਦੀ ਹੈ, ਚੱਲਦੇ ਹਾਂ। ਬਾਕੀ ਸਰਕਾਰ ਕਿਹਦੀ ਬਣੇ, ਆਪਦਾ ਕੰਮ ਸਾਨੂੰ ਆਪਦਾ ਆਪ ਹੀ ਕਰਨਾ ਪੈਣਾ, ਜੇ ਬੀਜੇਪੀ ਨਾ ਬਣੇ ਤਾਂ ਚੰਗੀ ਗੱਲ ਹੈ। ਹੋਰ ਜਨਤਾ ਦੇ ਨਾਲ ਅਤੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਨੇ, ਉਹਦਾ ਕੀ ਕਹਿਣਾ ਵਾ ਅਤੇ ਕਿਸ ਦੀ ਸਰਕਾਰ ਜਿਹੜੀ ਆ ਉਹ ਬਣ ਸਕਦੀ ਇੰਡੀਆ ਦੇ ਵਿੱਚ, ਕੀ ਕੁਝ ਕਹਿਣਾ ਉਹਨਾਂ ਦਾ, ਅਤੇ ਭਾਈ ਸਾਹਿਬ ਉਨਸੇ ਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਲੈਕਸ਼ਨ ਆ ਰਹੇ ਦੁਬਾਰਾ, ਕਿਸ ਕੀ ਸਰਕਾਰ ਬਣ ਸਕਦੀ ਹੈ, ਨਰਿੰਦਰ ਭਾਈ ਮੋਦੀ ਜਾਂ ਰਾਹੁਲ ਗਾਂਧੀ? ਮੋਦੀ। ਮੋਦੀ। ਪੰਜਾਬ ਮੇਂ ਆਮ ਆਦਮੀ ਕੀ ਸਰਕਾਰ ਹੈ, ਕੈਸੇ ਕਾਮ ਕਰ ਰਹੀ ਹੈ? ਅੱਛਾ, ਫਿਲਹਾਲ ਤਾਂ ਅੱਛਾ ਕਰ ਰਹੀ ਹੈ, ਅੱਛਾ ਕਰ ਰਹੀ ਹੈ। ਹੋਰ ਵੀ ਮਾਤਾ ਜੀ ਖੜੇ, ਉਹਨਾਂ ਨਾਲ ਗੱਲਬਾਤ ਕਰਦੇ ਨੇ। ਸਤਿ ਸ਼੍ਰੀ ਅਕਾਲ ਮਾਤਾ ਜੀ। ਸਤਿ ਸ਼੍ਰੀ ਅਕਾਲ। ਬੜੇ ਠੀਕ ਹੋ। ਇਲੈਕਸ਼ਨ ਆ ਰਹੇ ਹੈ ਦੁਬਾਰਾ, ਕਿਸ ਦੀ ਸਰਕਾਰ ਜਿਹੜੀ ਬਣ ਸਕਦੀ ਹੈ, ਨਰਿੰਦਰ ਭਾਈ ਮੋਦੀ ਜਾਂ ਰਾਹੁਲ ਗਾਂਧੀ? ਪੰਜਾਬ 'ਚ ਕੇਜਰੀਵਾਲ ਜਿੱਤਣਾ। ਜਲੰਧਰ 'ਚ ਮੈਡਮ ਕਿਹੜੀ ਪਾਰਟੀ ਬਾਜੀ ਮਾਰ ਸਕਦੀ ਆ, ਚਰਨਜੀਤ ਚੰਨੀ ਕਾਂਗਰਸ ਤੋਂ ਅਤੇ ਬੀਜੇਪੀ ਤੋਂ ਸੁਸ਼ੀਲ ਕੁਮਾਰ ਸਿੰਘ ਤੋਂ? ਬੀਜੇਪੀ ਰਿੰਕੂ ਨੂੰ ਤਾਂ ਆਪਾਂ ਜਾਣਦੇ ਨੇ, ਚਰਨਜੀਤ ਚੰਨੀ ਨੂੰ ਜਾਣਦੇ। ਪੰਜਾਬ 'ਚ ਆਮ ਆਦਮੀ ਦੀ ਸਰਕਾਰ ਆ, ਕਿਵੇਂ ਦੇਖਦੇ ਹੋ ਕਿ ਵਧੀਆ ਕੰਮ ਕੀਤੇ ਨੇ? ਵਧੀਆ ਕੀਤੇ, ਸਾਡੇ ਲਈ ਸਾਨੂੰ ਬਿਜਲੀ ਫ੍ਰੀ ਦਿੱਤੀ, ਸਭ ਤੋਂ ਵਧੀਆ ਤਾਂ ਇਹੀ। ਕਾਫੀ ਵਾਅਦੇ ਮੈਡਮ ਪੂਰੇ ਕੀਤੇ, ਪਰ ਇੱਕ ਮਹਿਲਾਵਾਂ ਲਈ ਇੱਕ ਬੜਾ ਬਹੁਤ ਵੱਡਾ ਵਾਅਦਾ ਕੀਤਾ ਸੀ, ਉਹ ਪੂਰਾ ਹੋਇਆ 1000 ਰੁਪਏ ਦਾ? ਨਹੀਂ, ਉਹ ਨਹੀਂ ਹੋਇਆ ਅਜੇ। ਕੋਈ ਉਮੀਦ ਹੈ ਕਿ ਕਦੋਂ ਤੱਕ ਆਏਗਾ? ਉਮੀਦ ਵੀ ਨਹੀਂ ਅਜੇ ਤਾਂ। ਬਹੁਤ ਬਹੁਤ ਧੰਨਵਾਦ। ਹੋਰ ਨੌਜਵਾਨ ਇੱਥੇ ਬੈਠੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਸੀਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ। ਸਰ ਇਲੈਕਸ਼ਨ ਆ ਰਹੇ ਹੋ ਦੁਬਾਰਾ, ਕਿਸ ਕੀ ਸਰਕਾਰ ਬਣ ਸਕਦੀ ਹੈ, ਨਰਿੰਦਰ ਭਾਈ ਮੋਦੀ ਜਾਂ ਰਾਹੁਲ ਗਾਂਧੀ? ਰਾਹੁਲ ਗਾਂਧੀ। ਰਾਹੁਲ ਗਾਂਧੀ ਸਰ। ਰਾਹੁਲ ਗਾਂਧੀ। ਜਲੰਧਰ ਸੇ ਕਿਸ ਕੀ ਕੌਣ ਸੀ ਪਾਰਟੀ ਬਾਜੀ ਮਾਰ ਸਕਤੀ ਹੈ, ਚਰਨਜੀਤ ਚੰਨੀ? ਚੰਨੀ। ਚੰਨੀ ਚੰਨੀ। ਪੰਜਾਬ ਮੇਂ ਆਮ ਆਦਮੀ ਕੀ ਸਰਕਾਰ ਹੈ, ਕੈਸੇ ਕੰਮ ਕਰ ਰਹੀ ਹੈ? ਕੰਮ ਠੀਕ ਕਰ ਰਿਹਾ ਸਰ। ਹੋਰ ਜਨਤਾ ਦੇ ਨਾਲ ਗੱਲਬਾਤ ਕਰਦੇ ਹਾਂ। ਜਬ ਸੇ ਆਏ ਉਨਕਾ ਚਲੋ ਬਿਜਲੀ ਕਾ ਤੋ ਬਿੱਲ ਬਹੁਤ ਜਨਤਾ ਕੇ ਮਾਫ ਹੋ ਗਿਆ, ਦੇਣਾ ਹੀ ਨਹੀਂ ਪੜਤਾ ਬਿੱਲ। ਬੀਜੇਪੀ ਕਾ ਜਾ ਵੀ ਹੈ ਸਰਕਾਰ, ਬੋਲਤੇ ਹੈ ਕੁਛ ਕਰਤੇ ਹੈ ਕੁਛ। ਅਭੀ ਬੀਜੇਪੀ ਬੋਲ ਰਹੀ ਹੈ ਕਿ 400 ਪਾਰ ਬੋਲਣੇ ਕੇ ਲਈ, ਤੋ ਉਹ ਜੋ ਉਸਕੇ ਸਾਥ ਜੋ ਹੈ ਨਿਤੀਸ਼, ਉਹ ਬੋਲਾ 4000 ਹੀ ਕਰ ਦਿਆ, ਬੋਲਣੇ ਕੇ ਲਈ ਕੁਛ ਵੀ ਬੋਲ ਸਕਤੇ ਹੈ, ਲੇਕਿਨ ਹੋਣਾ ਨਹੀਂ ਨਾ। ਉਸਕੇ ਜੋ ਸਾਥ ਮੇਂ ਹੈ ਨਿਤੀਸ਼ ਬਿਹਾਰ ਸੇ, ਉਹ ਬੋਲ ਦਿਆ 4000 ਹੀ ਹੋ ਜਾਏਗਾ, ਤਾਂ ਐਸੇ ਕੁਛ ਨਹੀਂ ਹੋਗਾ, ਬੋਲਣੇ ਕੇ ਲਈ ਜੋ ਮਰਜ਼ੀ ਬੋਲੇ, ਮੂੰਹ ਹੈ ਆਪਣਾ। ਹੋਰ ਜਨਤਾ ਦੇ ਨਾਲ ਗੱਲਬਾਤ ਕਰਦੇ ਹਾਂ, ਇੱਧਰ ਸਰ ਹੁਣੀ ਖੜੇ ਆ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ। ਕਈ ਇਲੈਕਸ਼ਨ ਆ ਰਹੇ ਆ ਦੁਬਾਰਾ, ਕਿਸ ਦੀ ਸਰਕਾਰ ਜਿਹੜੀ ਬਣ ਸਕਦੀ ਹੈ, ਨਰਿੰਦਰ ਭਾਈ ਮੋਦੀ ਜਾਂ ਰਾਹੁਲ ਗਾਂਧੀ? ਸਰ ਸਰਕਾਰ ਤਾਂ ਕਾਂਗਰਸ ਦੀ ਬਣਨੀ ਚਾਹੀਦੀ ਸੈਂਟਰ 'ਚ, ਤਾਂ ਇੱਥੇ ਬਣੇ ਤਾਂ ਅਕਾਲੀਆਂ ਦੀ ਬਣਨੀ ਚਾਹੀਦੀ ਹੈ, ਤਾਂ ਕਰਕੇ। ਜਲੰਧਰ 'ਚ ਕਿਸ ਦੀ ਹਵਾ ਚੱਲ ਰਹੀ ਇਸ ਟਾਈਮ, ਕੌਣ ਮੋਰਚਾ ਜਿਹੜਾ ਮਾਰ ਸਕਦਾ? ਸਰ ਸਾਰੇ ਬਰਾਬਰ ਦੇ ਹੀ ਆ, ਕਿਸੇ ਨੂੰ ਕੁਛ ਨਹੀਂ ਕਹਿ ਸਕਦੇ, ਕਿਉਂਕਿ ਸਾਰੇ ਦੁਬਾਰਾ ਨਵੇਂ ਚਿਹਰੇ ਪੁਰਾਣੇ ਚੱਕੇ ਆ, ਤਾਂ ਆਪਾਂ ਤਾਂ ਉਹਨੇ ਵੋਟ ਪਾਉਣੀ ਅਕਾਲੀਆਂ ਨੂੰ ਜੀ।
ਚੰਨੀ ਨੂੰ ਇੱਥੇ ਟਿਕਟ ਦਿੱਤੀ ਗਈ ਆ, ਕਿਵੇਂ ਦੇਖਦੇ ਹੋ ਕਿ ਲੱਗਦਾ ਕਿ ਮੁਕਾਬਲਾ ਜਿਹੜਾ ਟਫ ਹੋ ਸਕਦਾ ਵਾ? ਕੁਛ ਕਹਿ ਨਹੀਂ ਸਕਦੇ ਸਰ, ਆਈਡੀਆ ਨਹੀਂ ਇਹ ਚੀਜ਼ ਦਾ। ਪੰਜਾਬ 'ਚ ਆਮ ਆਦਮੀ ਰਲੇ ਮਿਲੇ ਹੀ ਆ, ਕਿਉਂਕਿ ਸਾਰੇ ਤਾਂ ਪਾਰਟੀਆਂ ਬਦਲੀਆਂ ਭਾਈ, ਕੁਛ ਨਹੀਂ ਕਹਿ ਸਕਦੇ ਕਿਸੇ ਬਾਰੇ ਕਿਹਨੂੰ ਵੋਟ ਕੋਣ ਪਾਉਂਦਾ। ਬਾਕੀ ਸਭ ਤੋਂ ਮਾਇੰਡ ਦੇ ਆਪਣੇ ਮਾਇੰਡ 'ਤੇ ਆ, ਹੁਣ ਜਿੱਦਾਂ ਆਪ ਇਕੱਲੀਆਂ ਨਾਲ ਚੱਲਦੇ ਹਾਂ, ਹੁਣ ਆਪਾਂ ਕਿਸੇ ਦੀ ਪਾਰਟੀ ਬਾਰੇ ਤਾਂ ਕੁਛ ਕਹਿ ਨਹੀਂ ਸਕਦੇ ਭਾਈ। ਪੰਜਾਬ 'ਚ ਆਮ ਆਦਮੀ ਸਰਕਾਰ ਕਿਵੇਂ ਦੇਖਦੇ ਹੋ? ਕੰਮ ਹੋਏ, ਕੰਮ ਕੁੰਮ ਕੀਤੇ ਵੀ ਆ? ਨਹੀਂ, ਜ਼ਿਆਦਾਤਰ ਤਾਂ ਨਹੀਂ ਕੀਤੇ ਆ, ਜੋ ਵਾਧੇ ਤਾਂ ਖਰੇ ਨਹੀਂ ਉਤਰੇ। ਬਾਕੀ ਦੇਖੋ ਅੱਗੇ ਜਿਹੜਾ ਟਾਈਮ ਆਉਂਦਾ ਕੀ ਕਰਦੇ ਕੀ ਨਹੀਂ ਕਰਦੇ। ਹਾਂਜੀ, ਇਹੀ ਕੁਝ ਕਹਿਣਾ ਵਾ ਕਿ ਲੋਕਾਂ ਦਾ ਕਿ ਜਿਸ ਦੀ ਵੀ ਸਰਕਾਰ ਬਣੇ ਉਹ ਲੋਕਾਂ ਦੇ ਹਿੱਤ ਵਾਸਤੇ ਬਣੇ, ਲੋਕਾਂ ਦੇ ਜਿਹੜੀ ਭਲੇ ਵਾਸਤੇ ਬਣੇ। ਅਤੇ ਹੋਰ ਵੀ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ ਅਸੀਂ। ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਭਾਅ ਜੀ, ਇਲੈਕਸ਼ਨ ਆ ਰਿਹਾ, ਕਿਹੜੀ ਜਗ੍ਹਾ ਤੋਂ ਤੁਸੀਂ? ਮੈਂ ਵੀਰੇ ਮਾਨਸਾ। ਮਾਨਸਾ, PV31। ਇਲੈਕਸ਼ਨ ਆ ਰਿਹਾ, ਦੁਬਾਰਾ ਕਿਸ ਦੀ ਸਰਕਾਰ ਬਣ ਸਕਦੀ, ਰਾਹੁਲ ਗਾਂਧੀ ਜਾਂ ਨਰਿੰਦਰ ਭਾਈ ਮੋਦੀ? ਵੀਰ ਜੀ, ਕਿਸੇ ਦੀ ਬਣੇ, ਬਸ ਉਹ ਡਿਕਟੇਟਰਸ਼ਿਪ ਵਾਲਾ ਕੰਮ ਨਾ ਹੋਵੇ, ਜਿਹੜਾ ਉਹ ਧਰੁਵ ਸਿੱਠੀ ਕਹਿੰਦਾ ਹੁੰਦਾ, ਆਪਾਂ ਤਾਂ ਬਸ ਉਸ ਚੀਜ਼ ਤੋਂ ਚੱਲਦੇ ਹਾਂ। ਬਾਕੀ ਸਰਕਾਰ ਕਿਸੇ ਦੀ ਬਣੇ, ਆਪਦਾ ਕੰਮ ਸਾਨੂੰ ਆਪਦਾ ਆਪ ਹੀ ਕਰਨਾ ਪੈਣਾ, ਜੇ BJP ਨਾ ਬਣੇ ਤਾਂ ਚੰਗੀ ਗੱਲ ਹੈ। ਪੰਜਾਬ ਦੇ ਵਿੱਚ ਆਮ ਆਦਮੀ ਸਰਕਾਰ ਕਿਵੇਂ ਦੇਖਦੀ? ਠੀਕ ਹੈ, ਪਰ ਉਨਾ ਖਰੇ ਨਹੀਂ ਉਤਰੇ ਜਿੰਨਾ ਕੁ ਕਹਿੰਦੇ ਸੀ, ਜਿੰਨੇ ਵਾਅਦੇ ਕਰਦੇ ਸੀ, ਉਹ ਗੱਲਾਂ 'ਤੇ ਖਰੇ ਨਹੀਂ ਉਤਰੇ ਉਹ। ਬਸ ਸਿਰਫ ਇੱਕ ਬਿਜਲੀ ਮਾਫ਼ ਕੀਤੀ ਹੈ, ਬਸ ਇੰਨਾ ਕਿਹਾ, ਬਿੱਲ ਮਾਫ਼ ਕਰੇ। ਬਿਜਲੀ ਮਾਫ਼ ਕਰਨ ਦੇ ਨਾਲ ਵਿਕਾਸ ਹੋਇਆ? ਵਿਕਾਸ ਤਾਂ ਨਹੀਂ ਹੋਇਆ ਹੈਗਾ ਸਰ, ਇਹਦੇ ਨਾਲ ਸਮਾਈ ਉਹ ਆਦਤ ਬਣ ਗਈ ਹੈ, ਇਹ ਚੀਜ਼ ਦੀ ਵੀ ਫਰੀਦਾ ਖਾਣ ਵਾਲਾ ਲਾ ਲਓ ਤੁਸੀਂ। ਤੁਸੀਂ ਸੰਗਰੂਰ ਤੋਂ ਸਿੱਧੂ ਮੂਸੇਵਾਲੇ ਦੀ ਡੈਥ ਹੋਈ ਸੀ, ਹਜੇ ਤੀਕਰ ਉਹਨਾਂ ਨੂੰ ਇਨਸਾਫ਼ ਨਹੀਂ ਮਿਲਿਆ ਮਾਨਸੇ ਤੋਂ, ਤੁਸੀਂ ਕਿਵੇਂ ਦੇਖਦੇ ਹੋ? ਉਹ ਵੀ ਸਰ ਸਰਕਾਰਾਂ ਦੇ ਹੱਥ ਹੈ, ਸਰਕਾਰ ਜੇ ਕੁਛ ਨਾ ਕੁਛ ਕਰੇ ਫਿਰ ਹੀ ਕੁਛ ਨਾ ਕੁਛ ਹੋ ਸਕਦਾ। ਜਨਤਾ ਦਾ ਇਹੀ ਕਹਿਣਾ ਵਾ ਕਿ ਸਰਕਾਰ ਚਾਹੇ ਕਿਸੇ ਵੀ ਬਣੇ, ਪਰ ਲੋਕਾਂ ਦੇ ਹਿੱਤ ਵਾਸਤੇ ਜਿਹੜੀ ਕੰਮ ਕਰਨ ਵਾਲੀ ਸਰਕਾਰ ਹੋਵੇ, ਲੋਕਾਂ ਦੇ ਭੱਲੇ ਕਰਨ ਵਾਲੀ ਸਰਕਾਰ ਹੋਵੇ, ਜੋ ਲੋਕਾਂ ਦੀ ਹੈਲਪ ਕਰੇ। ਅਤੇ ਹੋਰ ਜਨਤਾ ਦੇ ਨਾਲ ਗੱਲਬਾਤ ਕਰਾਉਂਦੇ ਹਾਂ ਅਸੀਂ, ਮੈਮ ਖੜ੍ਹੇ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਅਤੇ ਲੋਕਾਂ ਦਾ ਵੀ ਇਹੀ ਕਹਿਣਾ ਵਾ ਕਿ ਜਿਸ ਦੀ ਵੀ ਸਰਕਾਰ ਬਣੇ, ਲੋਕਾਂ ਦੇ ਹਿੱਤ ਲਈ ਅਤੇ ਲੋਕਾਂ ਦੇ ਭਲਾਈ ਵਾਸਤੇ, ਗਰੀਬਾਂ ਦੀ ਜਿਹੜੀ ਸੁਣੀ ਜਾਵੇ, ਉਹਨਾਂ ਦੀ ਸਰਕਾਰ ਬਣੇ। ਅਤੇ ਹੋਰ ਅਗਲੀ ਵਾਰੀ ਹੋਰ ਜਗ੍ਹਾ ਦੇ ਉੱਤੇ ਅਸੀਂ ਸਰਵੇ ਕਰਾਂਗੇ ਕਿ ਕਿਸ ਦੀ ਸਰਕਾਰ ਜਿਹੜੀ ਬਣ ਸਕਦੀ ਹੈ, ਕਿਹੜਾ ਕੈਂਡੀਡੇਟ ਉਸ ਜਗ੍ਹਾ ਦੇ ਉੱਤੋਂ ਬਾਜ਼ੀ ਮਾਰ ਸਕਦਾ ਹੈ। ਬਹੁਤ ਬਹੁਤ ਤੁਹਾਡਾ ਧੰਨਵਾਦ।